SSP ਸੰਗਰੂਰ ਨੇ ਆਪ ਕਹਿ ਯਾਰ ਉਹ ਤਾਂ ਪੰਜਾਬ ਪੁਲਿਸ ਕਰਾ ਰਹੀ ਹੈ ਆ ਡਰਾਮਿਆਂ 'ਚ ਬੰਦ ਕਰ ਦਿਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਜੇ ਉਹਨਾਂ ਦੀ ਹਿੰਮਤ ਹੈ ਤਾਂ ਪੁਲਿਸ ਨੂੰ ਹਟਾ ਕੇ ਦੇਖ ਲੈਣ ਸਾਬਕਾ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਤੇ ਸੰਗਰੂਰ 'ਚ ਹਮਲਾ ਹੋਇਆ ਸੀ ਤੇ ਉਸ ਹਮਲੇ 'ਚ ਸੁਖਵੀਰ ਦੀ ਗੱਡੀ ਤੇ ਕਿਰਪਾਨ ਤੇ ਜੁੱਤੀ ਨਾਲ ਹਮਲਾ ਕੀਤਾ ਗਿਆ ਤੇ ਸੁਖਵੀਰ ਦੇ ਕਾਫਲੇ ਦਾ ਜ਼ਬਰਦਸਤ ਵਿਰੋਧ ਵੀ ਹੋਇਆ ਉਧਰ ਸੁਖਵੀਰ ਬਾਦਲ ਨੇ ਆਪਣੇ ਕਾਫਲੇ ਤੇ ਹੋਏ ਹਮਲੇ ਬਾਰੇ ਵੱਡਾ ਬਿਆਨ ਦਿੱਤਾ ਉਹਨਾਂ ਕਿਹਾ ਕਿ ਇਹ ਹਮਲਾ ਕਿਸੇ ਹੋਰ ਨੇ ਨਹੀਂ ਬਲਕਿ ਸੰਗਰੂਰ ਦੇ SSP ਸੰਦੀਪ ਕੁਮਾਰ ਗਰਗ ਦੇ ਇਸ਼ਾਰੇ ਤੇ ਹੋਇਆ ਨਾਲ ਹੀ ਉਹਨਾਂ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਚੁੱਕੇ ਨੇ SSP ਨੇ ਆਪ ਕਰਾਇਆ SSP ਸੰਗਰੂਰ ਨੇ ਆਪ ਕਰਾਇਆ ਆ ਪੁਲਿਸ ਹੈ ਆ ਪੁਲਿਸ ਨਾਲ ਲਿਆਂਦੀ ਉਹਨਾਂ ਨੇ ਨਾਲ ਲੈ ਕੇ ਸੜਕ ਤੇ ਖੜੀ ਕਰਾਈ ਨਾਲ ਪੁਲਿਸ ਸੀ ਸੋ ਆ SSP ਦਾ ਕੱਟ ਕੀਤਾ ਉਹਨੇ ਯਾਰ ਉਹ ਤਾਂ ਪੰਜਾਬ ਪੁਲਿਸ ਕਰਾ ਰਹੀ ਹੈ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਨਾ ਅਸੀਂ ਆ ਡਰਾਮਿਆਂ 'ਚ ਬੰਦ ਕਰ ਦਿਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਜੇ ਉਹਨਾਂ ਦੀ ਹਿੰਮਤ ਹੈ ਤੇ ਪੁਲਿਸ ਨੂੰ ਹਟਾ ਕੇ ਦੇਖ ਲੈਣ ਇਕੱਲੇ ਸੰਗਰੂਰ 'ਚੋਂ ਹੀ ਨਹੀਂ ਇਸ ਤੋਂ ਪਹਿਲਾਂ ਵੀ ਸੁਖਵੀਰ ਦੇ ਕਾਫਲੇ ਦਾ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਸੀ ਇੰਨਾ ਹੀ ਨਹੀਂ ਤੇ ਸੁਖਵੀਰ ਬਾਦਲ ਨੇ ਪਹਿਲਾਂ ਵੀ SSP ਢੇਸੀ ਤੇ ਇਲਜ਼ਾਮ ਲਗਾਏ ਨੇ ਕਿ ਉਹ ਪੰਜਾਬ ਸਰਕਾਰ ਨਾਲ ਮਿਲੇ ਹੋਏ ਨੇ ਤੇ ਉਸ ਦੇ ਇਸ਼ਾਰੇ ਤੇ ਹੀ ਕੰਮ ਕਰਦੇ ਨੇ SSP ਨਾਲ ਢੇਸੀ ਹੈ ਜਾਂ ਨਾ ਢੇਸੀ SSP ਨਾਲ ਆਪਣੀ ਪੁਲਿਸ ਲੈ ਕੇ ਕਾਂਗਰਸ ਦੀ ਗੁੰਡੇ ਲੈ ਕੇ ਆਪ ਬੂਥਾਂ 'ਚ ਕਬਜ਼ਾ ਕਰ ਰਹੇ SSP ਸਾਹਿਬ ਐਨਾ ਸੋਚੋ ਤੁਸੀਂ SSP ਹੋ ਕਾਨੂੰਨ ਤੁਹਾਡੇ ਹੱਥ 'ਚ ਹੈ ਹਰ ਪਾਸੇ ਵਿਰੋਧ ਹੋਣ ਤੋਂ ਬਾਅਦ ਵੀ ਸੁਖਵੀਰ ਬਾਦਲ ਰੈਲੀਆਂ ਤੇ ਮੀਟਿੰਗਾਂ ਕਰਨ 'ਚ ਲੱਗਿਆ ਹੋਇਆ ਜਿੱਥੇ ਪਹਿਲਾਂ ਅਬੋਹਰ ਅਤੇ ਫਿਰ ਫਰੀਦਕੋਟ ਤੇ ਹੁਣ ਸੰਗਰੂਰ 'ਚ ਸਿੱਖਾਂ ਵੱਲੋਂ ਇਹਨਾਂ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ ਅਤੇ ਕਾਲੀਆਂ ਝੰਡੀਆਂ ਵਿਖਾਈਆਂ ਗਈਆਂ ਨੇ ਉੱਥੇ ਹੁਣ ਇਹ ਦੇਖਣਾ ਅਹਿਮ ਰਹੇਗਾ ਕਿ ਪਟਿਆਲਾ 'ਚ 2 ਦਿਨ ਬਾਅਦ ਹੋਣ ਵਾਲੀ ਰੈਲੀ ਦਾ ਅਕਾਲੀਆਂ ਨੂੰ ਕਿੰਨਾ ਕੁ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ ਬਿਊਰੋ ਰਿਪੋਰਟ ਚੈਨਲ ਪੰਜਾਬ ਸਾਡੀ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ ਫੇਸਬੁੱਕ ਨੂੰ ਲਾਈਕ ਕਰੋ ਟਵਿੱਟਰ ਨੂੰ ਟਵੀਟ ਕਰੋ ਇੰਸਟਾਗ੍ਰਾਮ ਨੂੰ ਫੋਲੋ ਕਰੋ ਇਸ ਤੋਂ ਇਲਾਵਾ ਹਰ ਅਪਡੇਟ ਲਈ ਸਾਡੇ ਚੈਨਲ ਪੰਜਾਬ ਐਪ ਨੂੰ ਵੀ ਡਾਊਨਲੋਡ ਕਰ ਸਕਦੇ ਹੋ ਹੋਰ ਵਧੇਰੇ ਜਾਣਕਾਰੀ ਲਈ ਸਾਡੀ ਵੈਬਸਾਈਟ ਨੂੰ ਲੌਗਇਨ ਕਰੋ It's cool to be Punjabi.